मेरी बारी ते लग दे, पूरा पास ते रह गया।
ਅਸੀਂ ਜੀ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਸਿੱਖਸੀ। ਸਿੱਧੂ ਮੂਸੇਵਾਲੇ ਦੇ ਕਿਵੇਂ ਸ਼ੌਂਕ ਪਿਆ? ਕਦੋਂ ਦਾ ਤੁਸੀਂ ਜਿਹੜਾ ਸੁਣਦੇ ਆ ਰਹੇ ਹੋ, ਕਿੰਨੇ ਟਾਈਮ ਤੋਂ ਫੋਲੋ ਕਰਦੇ ਆ ਰਹੇ ਹੋ? ਸਿੱਧੂ ਮੂਸੇਵਾਲੇ ਵਰਗਾ ਹੀ ਨਾ ਤਾਂ ਕੋਈ ਲਿਖ ਸਕਦਾ ਅਤੇ ਨਾ ਤਾਂ ਕੋਈ ਗਾ ਸਕਦਾ ਜੀ। ਅਤੇ ਉਹਦੇ ਗਾਣੇ ਤਾਂ ਪੂਰੀ ਆਲ ਦੁਨੀਆ 'ਚ ਚੱਲਦੇ ਨੇ ਅਤੇ ਮੈਨੂੰ ਵੀ ਉਹ ਵਧੀਆ ਲੱਗਦੇ ਅਤੇ ਮੈਂ ਉਹਦੇ ਗਾਣੇ ਗਾਉਂਦਾ ਜੀ। ਕਿੰਨੇ ਟਾਈਮ ਤੋਂ ਤੁਸੀਂ ਸੁਣਦੇ ਆ ਰਹੇ ਹੋ ਸਿੱਧੂ ਮੂਸੇਵਾਲੇ? ਮੈਨੂੰ ਹੋ ਗਏ 2 ਸਾਲ। ਅਤੇ ਮੈਂ ਜਿਹੜਾ ਉਹਨਾਂ ਦਾ ਡਾਇਲੋਗ ਹੈ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ, ਉਦੋਂ ਤੋਂ ਹੀ ਮੈਂ ਉਹਨਾਂ ਦੇ ਸਾਰੇ ਗਾਣੇ ਸੁਣ ਰਹੀ ਅਤੇ ਯਾਦ ਵੀ ਸਾਰੇ। ਅਤੇ ਉਹਨਾਂ ਦਾ ਨਵਾਂ ਗਾਣਾ ਵਾਰ ਵੀ ਮੈਨੂੰ ਯਾਦ ਹੈ, ਮੈਂ ਤੁਹਾਨੂੰ ਸੁਣਾ ਵੀ ਦਿੱਤਾ ਜੀ। ਤੁਸੀਂ ਜਿਹੜਾ ਹੈਗਾ ਗਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਸਿੱਧੂ ਮੂਸੇਵਾਲੇ ਨੂੰ ਸੁਣ ਰਹੇ ਹੋ ਅਤੇ ਗਾ ਵੀ ਰਹੋਗੇ, ਅਤੇ ਤੁਹਾਡਾ ਅਗਲਾ ਟੀਚਾ ਕੀ ਆ? ਮੇਰਾ ਇਹ ਟੀਚਾ ਹੈ ਵੀ ਮੈਂ ਹੋਰ ਮਿਹਨਤ ਕਰਾਂ ਅਤੇ ਮੇਰੀ ਵੀ ਇਹ ਤਮੰਨਾ ਵੀ ਮੈਂ ਸਿੱਧੂ ਮੂਸੇਵਾਲੇ ਜਿੰਨਾ ਆਪਦਾ ਨਾਮ ਕਮਾਵਾਂ। ਜਿੱਥੇ ਜਿੱਥੇ ਜਾਂਦੇ ਹੋ ਤੁਸੀਂ ਜਦੋਂ ਗੁਣਗੁਣਾਉਂਦੇ ਹੋ, ਫਿਰ ਲੋਕ ਕੀ ਕਹਿੰਦੇ ਨੇ, ਸੁਣਦੇ ਵੀ ਤੁਹਾਡੇ ਗਾਣੇ? ਮੈਂ ਜੀ ਗੁਰਦੁਆਰੇ ਜਾਂਦਾ ਤਾਂ ਮੇਰੇ ਤੋਂ ਸ਼ਬਦ ਸੁਣਦੇ ਨੇ ਜੀ, ਲੋਕ ਕਹਿੰਦੇ ਨੇ ਤੂੰ ਸਟਾਰ ਬਣੇਗਾ, ਹੋਰ ਮਿਹਨਤ ਕਰੀ, ਅਤੇ ਮੇਰੀ ਵੀ ਤਮੰਨਾ ਇਹੀ ਹੈ ਜੀ ਵੀ ਮੈਂ ਸਿੱਧੂ ਮੂਸੇਵਾਲੇ ਜਿੰਨਾ ਨਾਮ ਕਮਾਵਾਂ ਜੀ। ਤੁਹਾਡੇ ਸਕੂਲ ਦੇ ਦੋਸਤ ਅਤੇ ਤੁਹਾਡੇ ਸਕੂਲ ਟੀਚਰ ਕੀ ਕਹਿੰਦੇ ਨੇ ਤੁਹਾਨੂੰ? ਟੀਚਰ ਵੀ ਜੀ ਮੈਨੂੰ ਐਂ ਕਹਿੰਦੇ ਨੇ ਵੀ ਮਿਹਨਤ ਕਰਿਆ ਕਰ, ਤੂੰ ਬਹੁਤ ਅੱਗੇ ਜਾਏਂਗਾ ਜੀ, ਅਤੇ ਮੈਂ ਤਾਂ ਸੁਣ ਕੇ ਵੀ ਕਹਿੰਦੇ ਜੀ ਵੀ ਬਹੁਤ ਵਧੀਆ ਗਾਉਂਦਾ ਜੀ ਤੂੰ, ਦੋਸਤ ਵੀ ਇਹੀ ਕਹਿੰਦੇ ਨੇ ਜੀ। ਜਿਹੜਾ ਤੁਹਾਡਾ ਬੇਟਾ ਕਿੰਨੇ ਟਾਈਮ ਤੋਂ ਸਿੰਗਿੰਗ ਸਿੱਖ ਰਿਹਾ ਗਾ ਅਤੇ ਸਿੱਧੂ ਮੂਸੇਵਾਲੇ ਦੇ ਕਾਫੀ ਗਾਣੇ ਜਿਹੜੇ ਹੈਗਾ ਫੋਲੋ ਵੀ ਕਰ ਰਿਹਾ? ਹਾਂਜੀ, ਇਹ ਜਦ ਮੈਂ ਘਰ ਜਦ ਵੀ ਜੀ ਕਰਦਾ ਕੰਮ ਤੋਂ ਆ ਕੇ, ਜਦ ਮੈਂ ਹਾਰਮੋਨੀਅਮ ਖੋਲਦਾ, ਤਕਰੀਬਨ ਇਹਦਾ ਧਿਆਨ ਮੇਰੇ 'ਚ ਹੀ ਰਹਿੰਦਾ। ਜਦ ਮੈਂ ਜਦ ਦੇਖਦਾ, ਇਹ ਛੋਟਾ ਜਿਹਾ ਸੀ ਮੇਰਾ ਹਰ ਤਕਰੀਬਨ 2-3 ਸਾਲ ਦਾ, ਹਾਰਮੋਨੀਅਮ ਤਾਂ ਮੈਂ ਸਵੇਰੇ ਸਵੇਰੇ ਸਰਗਮ ਕੱਢ ਰਿਹਾ ਅਤੇ ਉਹੀ ਸਰਗਮ ਇਹ ਖੁਦ ਵਜਾ ਰਿਹਾ ਸੀਗਾ ਅਤੇ ਮੈਨੂੰ ਬੜਾ ਅੱਛਾ ਲੱਗਿਆ। ਇਹਦੀ ਯੂਟਿਊਬ 'ਤੇ ਪਾਈ ਵੀ, ਉਹ ਛੋਟੇ ਦੀ ਅਸੀਮ ਲਰੋੜਾ ਨਾਂ 'ਤੇ ਯੂਟਿਊਬ 'ਤੇ ਪਈ ਵੀ ਇਹਦੀ ਵੀਡੀਓ, ਬਹੁਤ ਹੀ ਪਿਆਰਾ ਲੱਗ ਰਿਹਾ। ਉਦੋਂ ਬਾਅਦ ਇਹਨੂੰ ਸ਼ੌਕ ਤਾਂ ਹੈਗਾ ਹੀ ਆ ਅਤੇ ਸਿੱਧੂ ਮੂਸੇਵਾਲੇ ਬਹੁਤ ਫੋਲੋ ਕਰ ਰਿਹਾ ਅਤੇ ਮੇਰੇ ਖਿਆਲ ਉਹ ਲੇਜੈਂਟ ਸਿੰਗਰ ਸੀਗਾ, ਉਹਦੇ ਵਰਗਾ ਤੋਂ ਕੋਈ ਬਣ ਨਹੀਂ ਸਕਦਾ, ਪਰ ਉਹਨੂੰ ਫੋਲੋ ਕਰਨਾ ਇਹਨਾਂ ਬੱਚਿਆਂ ਦਾ ਫਰਜ਼ ਬਣਦਾ, ਕਿਉਂਕਿ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ ਬਹੁਤ ਹੀ ਚੰਗਾ ਇਨਸਾਨ ਸੀ, ਸਾਡੇ ਤੋਂ ਚਲਾ ਨਹੀਂ ਗਿਆ, ਵੈਸੇ ਉਹ ਮੌਜੂਦ ਹੈ, ਜਿਹੜਾ ਬੱਚਾ ਬੱਚਾ ਉਹਦਾ ਨਾਂ ਲੈ ਰਿਹਾ ਉਹ ਸਾਡੇ 'ਚ ਮੌਜੂਦ ਹੈ। ਇਹਦਾ ਤਾਂ ਕਿੰਨੀ ਕੁ ਮਿਹਨਤ ਕਰਨੀ ਪੈ ਰਹੀ ਹੈਗੀ ਇਹਨੂੰ, ਤੁਹਾਡਾ ਜਿਹੜੇ ਹੈਗੇ ਫੈਮਿਲੀ ਵੀ ਇੱਕ ਪੂਰ ਫੈਮਿਲੀ ਹੈਗੀ, ਇਹ ਕੀ ਲੱਗਦਾ ਜੇ ਇਹਨੂੰ ਵਧੀਆ ਤਾਲੀਮ ਮਿਲੇ ਤਾਂ ਉੱਚ ਅਹੁਦੇ 'ਤੇ ਪਹੁੰਚ ਸਕਦਾ? ਬਿਲਕੁਲ ਜੀ, ਜਿਵੇਂ ਹੁਣ ਸਾਡੇ ਪੇਰੈਂਟਸ ਸੀਗੇ, ਸਾਡੀ ਸਪੋਰਟ ਨਹੀਂ, ਅਸੀਂ ਤਾਂ ਸਾਡੇ ਤਾਂ ਕਿਉਂਕਿ ਜਿਵੇਂ ਇੱਕ ਗਰੀਬ ਪਰਿਵਾਰ 'ਚੋਂ ਅਸੀਂ ਉੱਠੇ ਹਾਂ, ਥੋੜ੍ਹੇ ਜਿਹੇ ਰੋਟੀ ਖਾਣ ਜੋਗੇ ਦਾਤਾ ਨੇ ਕੀਤੇ ਹਾਂ, ਇਹਨਾਂ ਨੂੰ ਤਾਂ ਅਸੀਂ ਇਹ ਕਹਿ ਰਹੇ ਵੀ ਤੁਸੀਂ ਮਿਹਨਤ ਕਰੋ, ਕਿਉਂਕਿ ਸਾਨੂੰ ਤਾਂ ਅਸੀਂ ਕੰਮ ਵੀ ਕਰਦੇ ਹਾਂ, ਅਸੀਂ ਇਹਨਾਂ ਨੂੰ ਮਤਲਬ ਬੱਚਿਆਂ ਨੂੰ ਪਾਲਦੇ ਵੀ ਹਾਂ ਨਾ, ਜਗੈਕੀ ਦਾ ਵੀ ਸਾਰਾ ਨਾਲ ਹੀ ਰੱਖਿਆ ਸਾਰਾ ਸਿਸਟਮ, ਪਰ ਇਹਨਾਂ ਨੂੰ ਤਾਂ ਰੱਖਿਆ ਵੀ ਕਿ ਤੁਸੀਂ ਪੜ੍ਹੋ ਅਤੇ ਰਿਆਜ਼ ਕਰੋ। ਕਿੰਨੀ ਕੁ ਮਿਹਨਤ ਕਰਦਾ ਹੈ? ਹਾਂਜੀ, ਮਿਹਨਤ ਕਰੀ ਜਾਂਦਾ, ਜ਼ਿਆਦਾ ਇਹਦਾ ਜੀ ਕਰਦਾ, ਅੱਧਾ ਘੰਟਾ ਘੰਟਾ ਗਾ ਲੈਂਦਾ, ਮਤਲਬ ਗਾਣੇ ਗਾਈ ਜਾਂਦਾ, ਜ਼ਿਆਦਾ ਇਹਦਾ ਜੀ ਕਰ, ਜੇ ਮੈਂ ਕਹੂੰਗਾ ਤਾਂ ਮੇਰੇ ਇਹ ਹੋਊਗਾ ਵੀ ਪਾਪਾ ਮੈਂ ਬਾਅਦ 'ਚ ਗਾਊਂਗਾ, ਅਤੇ ਫਿਰ ਮੈਂ ਬਾਅਦ 'ਚ ਫੋਨ ਕਰਕੇ ਪੁੱਛਦੇ ਵੀ ਅੱਜ ਅਸੀਂ ਇਵੇਂ ਬੈਠਿਆ ਸੀ ਜਾਂ ਕੀਤਾ ਸੀ, ਫਿਰ ਮੈਨੂੰ ਘਰੋਂ ਪੋਜ਼ੀਟਿਵ ਪਾਉਂਦਾ ਵੀ ਹਾਂ ਅੱਜ ਘੰਟਾ ਬੈਠਿਆ ਸੀ, ਅੱਧਾ ਘੰਟਾ ਬੈਠਿਆ ਸੀ। ਤੁਹਾਡੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ? ਸਾਰੇ ਤਕਰੀਬਨ ਸਾਡੇ ਦਾਦੇ ਪੜਦਾਦੇ, ਮੇਰੇ ਦਾਦਾ ਜੀ ਸੀ ਇਦੂ ਖਾਨ ਜੀ, ਅਤੇ ਉਹਨਾਂ ਦੇ ਸਾਡੇ ਪੜਦਾਦੇ ਉਹ ਵੀ ਗਾਉਂਦੇ ਸੀ, ਅਤੇ ਫਿਰ ਸਾਡੇ ਤਾਇਆ ਜੀ ਦੂ ਸ਼ਰੀਫ ਦੀ ਹੈ ਨਾ, ਸਾਰੇ ਮਤਲਬ ਗੋਤ ਆ ਜਿਹੜਾ ਸਾਡਾ, ਜਿਵੇਂ ਬਾਬਾ ਮਰਦਾਨਾ ਜੀ ਦੇ ਘਰਾਣੇ 'ਚ ਸਾਡਾ ਝੁੰਬੜ ਗੋਤ ਹੈ, ਅਤੇ ਸਾਡੀ ਜਿਹੜੀ ਮਤਲਬ ਗਾਇਕੀ ਆ ਉਹ ਸਮਰਪਿਤ ਹੈ, ਜਿਹੜੀ ਹੈ ਨਾ ਦਰਬਾਰ ਸਾਹਿਬ ਨੂੰ ਸਮਰਪਿਤ ਹੈ, ਕਿਉਂਕਿ ਪਾਤਸ਼ਾਹ ਨਾਲ ਸਾਡੇ ਮਰਦਾਨਾ ਜੀ ਸਾਡੇ ਬਜ਼ੁਰਗ ਨੇ ਜਿਹੜੇ ਉਹ ਪਾਤਸ਼ਾਹ ਜੀ ਨਾਲ ਰਹੇ ਨੇ, ਕਿ ਸਾਡੇ ਗੋਤੀ ਦੀ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਉਸ ਚੀਜ਼ ਦਾ, ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਗਾਇਕੀ ਦਾ ਘਰਾਣਾ ਸਾਡਾ ਵੱਸਦਾ, ਕਿ ਨਾ ਸਾਡੇ ਜਿਹੜੇ ਬਜ਼ੁਰਗ ਸੀ ਉਹ ਬਾਬਾ ਨਾਨਕ ਨਾਲ ਇੰਨੇ ਸਾਲ ਇਕੱਠੇ ਰਹੇ, ਉਹ ਕਿਸ ਕਰਕੇ ਇੱਕ ਸੰਗੀਤ ਕਰਕੇ, ਇਸ ਕਰਕੇ ਸੰਗੀਤ ਨੂੰ ਅਸੀਂ ਜਿਉਂਦਾ ਰੱਖਿਆ, ਬਾਬੇ ਮਰਦਾਨੇ ਦੀ ਕੁੱਲ ਨੂੰ ਅਸੀਂ ਜਿਉਂਦਾ ਰੱਖਿਆ, ਕਿਉਂਕਿ ਅਸੀਂ ਉਹਨਾਂ ਦੇ ਗੋਤੀ ਹਾਂ, ਬੜਾ ਸਾਨੂੰ ਮਾਣ ਮਹਿਸੂਸ ਹੈ ਇਸ ਗੱਲ ਦਾ। ਤੁਸੀਂ ਮਿਹਨਤ ਕਰੀ, ਕਾਮਯਾਬ ਹੋ ਗਏ, ਪਰ ਹੁਣ ਤੁਹਾਡਾ ਅੱਗੇ ਕੀ ਡ੍ਰੀਮ ਆ? ਮੈਂ ਤਾਂ ਬਸ ਇਹੀ ਕਹੂੰਗਾ ਜੀ ਵੀ ਨਾਲ ਸਭ ਤੋਂ ਪਹਿਲਾਂ ਤਾਂ ਇਹਦੀ ਪੜ੍ਹਾਈ ਹੈ ਜੀ, ਉਸ ਤੋਂ ਬਾਅਦ ਇਹਦੀ ਗਾਇਕੀ ਵੀ, ਜੋ ਅਸੀਂ ਨਹੀਂ ਦੇਖ ਸਕੇ ਜਾਂ ਸਾਡੇ ਸੁਪਨੇ ਆ ਉਹ ਅਸੀਂ ਆਪਣੇ ਬੱਚਿਆਂ ਨੂੰ, ਹਰ ਇੱਕ ਮਾਂ ਬਾਪ ਆਪਣੇ ਬੱਚਿਆਂ ਨੂੰ ਕਨੇਡੇ ਚੱਕਦਾ, ਮਤਲਬ ਮੋਢਿਆਂ 'ਤੇ ਬਿਠਾਉਂਦਾ ਵੀ ਜੋ ਮੈਂ ਨਹੀਂ ਦੇਖ ਸਕਿਆ ਉਹ ਮੇਰਾ ਬੇਟਾ ਦੇਖੇ। ਮੈਂ ਹੁਣ ਤੁਸੀਂ ਕੀ ਵੇਖਣਾ ਚਾਹੁੰਦੇ ਹੋ? ਬਸ ਇਹਨੇ ਤਕਰੀਬਨ ਕਹਿ ਹੀ ਦਿੱਤਾ ਵੀ ਉਹ ਲੇਜੈਂਡ ਸਿੰਗਰ ਜਿਹਨੂੰ ਇਹ ਫੋਲੋ ਕਰਦਾ ਹੈ ਨਾ,
ਉਹਦੇ ਵਰਗਾ ਤਾਂ ਨਾ ਕਿਸੇ ਨੇ ਗਾਇਆ ਨਾ ਕਿਸੇ ਨੇ ਗਾਉਣਾ, ਉਹਦੀ ਆਵਾਜ਼ ਉਹਨੂੰ ਮੁਬਾਰਕਬਾਦ ਸੀ ਅਤੇ ਮੁਬਾਰਕਬਾਦ ਇਹ ਰਹੂਗੀ ਉਹ ਰਹਿੰਦੀ ਦੁਨੀਆ ਤੱਕ, ਜਦ ਤੱਕ ਇਹ ਲੋਕ ਜਦ ਤੱਕ ਇਹ ਦੁਨੀਆ ਸੰਸਾਰ 'ਤੇ ਰਹੂ, ਸਿੱਧੂ ਮੂਸੇਵਾਲਾ ਦਾ ਵੀ ਨਾਂ ਬਰਕਰਾਰ ਰਹਿਣਾ, ਉਹਦੀਆਂ ਤਰਜ਼ਾਂ 'ਤੇ ਗੀਤ ਬਣਦੇ ਰਹਿਣਗੇ ਅਤੇ ਲੋਕ ਉਹਨੂੰ ਫੋਲੋ ਕਰਦੇ ਨੇ, ਅਸੀਂ ਵੀ ਉਹਨੂੰ ਫੋਲੋ ਕਰ ਰਹੇ ਹਾਂ ਅਤੇ ਤਕਰੀਬਨ ਇਹਨੂੰ ਸਿੱਧੂ ਮੂਸੇਵਾਲਾ ਕਹਿ ਕੇ ਬੁਲਾਉਂਦੇ ਆ ਪਿੰਡ 'ਚ ਵੀ, ਆ ਜਾ ਵੀ ਸੁਣਾ ਕੋਈ, ਜਦ ਵੀ ਇਹਤੋਂ ਸੁਣਦੇ ਆ ਸਕੂਲ 'ਤੇ ਸਿੱਧੂ ਮੂਸੇਵਾਲਾ ਦਾ ਗਾਣਾ ਸੁਣਦੇ ਆ। ਤੁਸੀਂ ਸਕੂਲ 'ਚ ਜਾਂਦੇ ਹੋਵੋਗੇ ਜਦੋਂ ਮੀਟਿੰਗ ਹੁੰਦੀ ਹੋਊਗੀ, ਕੀ ਕਹਿੰਦੇ ਨੇ ਕਿ ਕੀ ਹੋਰ ਸੁਧਾਰ ਕੀਤਾ? ਹਾਂਜੀ ਹਾਂ, ਵੀ ਇਹਦਾ ਇਹ ਵੀ ਕਹੇ ਜਦ ਵੀ ਪੀਰੀਅਡ 'ਚੋਂ ਬਾਅਦ ਫਰੀ ਹੁੰਦਾ ਫਿਰ ਇਹਨੇ ਬੈਂਚ 'ਤੇ ਵੀ ਆਪਦਾ ਸ਼ੁਰੂ ਕਰ ਦੇਣਾ, ਜਿਹੜੇ ਜ਼ਿਆਦਾ ਜੀ ਕਰਦਾ ਵੀ ਛੁੱਟੀ ਵਾਲਾ ਟਾਈਮ ਦਾ ਗਾਉਂਦਾ ਤਾਂ ਹੈਗੀ ਆ, ਸਕੂਲ 'ਚ ਸਾਨੂੰ ਵਧੀਆ ਲੱਗਦਾ ਜਾਏ ਤੋਂ ਸਾਡਾ ਜੀ ਕਰਦਾ ਤੋਂ ਅੱਗੋਂ ਗੀਤ ਸੁਣਦੇ ਹਾਂ। ਅਤੇ ਮੈਂ ਬੇਟੇ ਨੂੰ ਇਹੀ ਸ਼ਿਕਸ਼ਾ ਦਿੰਦਾ ਵੀ ਪੁੱਤ ਜਿੰਨਾ ਚਿਰ ਮੇਰੇ ਕੋਲ ਆਉਣਾ, ਮੇਰੇ ਕੋਲ ਹਰਮੋਨੀਅਮ ਕਰੋ, ਪੜ੍ਹ ਕੇ ਆਉਣਾ ਜਦ ਵੀ ਹਰਮੋਨੀਅਮ ਕਰੋ। ਮੈਂ ਵੀ ਜੀ ਘੱਟੋ ਘੱਟ 20 ਸਾਲ ਕਬਾਰ ਲਿਖ ਰਹੀ ਹਾਂ ਮੈਂ, ਅਤੇ ਘੱਟੋ ਘੱਟ ਮੈਂ 15 ਸਾਲ ਢਾਡੀ ਗਿਆ ਹਾਂ, ਸ਼੍ਰੀ ਫਿੱਦੂ ਜੀ ਨਾਲ, ਸਾਡੇ ਚਾਚਾ ਜੀ ਨਾਲ, ਸਾਡੇ ਦਾਦਾ ਜੀ ਅਤੇ ਇੱਦੂ ਜੀ, ਉਹਨਾਂ ਦੇ ਨਾਲ ਵੀ ਸੰਗਤ ਕੀਤੀ ਹੈ। ਮੈਂ ਬੱਚੇ ਨੂੰ ਇਹੀ ਤਲੀਮ ਹਾਸਲ ਕਰਦਾ ਵੀ ਬੇਟਾ ਮੈਂ ਤਕਰੀਬਨ 2 ਚੱਕਰ ਬਾਹਰ ਲਾਇਆ, ਠੀਕ ਹੈ, ਆਲ ਵਰਲਡ 'ਚ ਗੋਆ, ਮਦਰਾਸ, ਕਲਕੱਤਾ, ਮੈਂ ਢਾਡੀ ਜੀ ਦੇ ਨਾਲ ਕਵਾਲੀ ਦੇ ਪ੍ਰੋਗਰਾਮ 'ਚ ਜਾਇਆ। ਮੇਰੀ ਬੱਚਿਆਂ ਨੂੰ ਇਹ ਸ਼ਿਕਸ਼ਾ ਵੀ ਪੁੱਤ ਜਿੰਨੀ ਤਾਲੀਮ ਹਾਸਲ ਕਰੋਗੇ ਉਹਦਾ ਤੁਸੀਂ ਅੱਗੇ ਵਧੋਗੇ। ਸਿੱਧੂ ਮੂਸੇਵਾਲੇ ਦੇ ਕਾਫੀ ਵਧੀਆ ਗਾਣੇ ਗਾਉਂਦਾ, ਭਾਵੇਂ ਕਿ ਦੁਨੀਆਂ 'ਚ ਨਹੀਂ ਹੈਗੇ, ਉਹਨਾਂ ਦੀ ਜਿਹੜੀ ਹੈਗੀ ਆ ਯਾਦ ਤਰ੍ਹਾਂ ਤਰ੍ਹਾਂ ਜੇ ਰੱਖਣ ਲਈ। ਮੈਂ ਜੀ ਮਾਲਕ ਦਾ ਸ਼ੁਕਰਗੁਜ਼ਾਰ ਕਰਦਾ ਵੀ ਮੇਰਾ ਬੇਟਾ, ਮੇਰਾ ਭਤੀਜਾ ਸਿੱਧੂ ਮੂਸੇਵਾਲੇ ਦੇ ਗਾਣੇ ਅੱਗੇ ਹੋ ਕੇ ਸਟੇਜ 'ਤੇ ਹੋ ਕੇ ਗਾ ਰਿਹਾ। ਅਸੀਂ ਦੋਵੇਂ ਭਾਈ ਜਾਗਰਣ 'ਤੇ ਜਾਂਦੇ, ਅਸੀਂ ਫਿਰ ਵੀ ਇਹਨੂੰ ਕਹਿੰਦੇ ਵੀ ਪੁੱਤ ਤੂੰ ਸਾਤੋਂ 1 ਘੰਟਾ ਲੈ ਕੇ ਮੂਹਰੇ ਹੋ, ਕਿਉਂਕਿ ਅਸੀਂ ਤਾਂ ਸਾਡੀ ਤਾਂ ਨਿਭਦੀ, ਅਸੀਂ ਕਹਿੰਦੇ ਵੀ ਸਾਡਾ ਬੱਚਾ ਮੂਹਰੇ ਆਵੇ ਕੋਈ। ਬੇਟਾ ਬਹੁਤ ਵਧੀਆ ਜੀ, ਮਾਲਕ ਨੂੰ ਤੰਦਰੁਸਤ ਹੋਵੇ, ਠੀਕ ਹੈ, ਆਵਾਜ਼ ਵਧੀਆ, ਹਾਂ ਗਾਹਾਂ ਇਹਦੀ ਸਿੱਖਣ ਦੀ ਕੌਣ, ਠੀਕ ਹੋ। ਅਸੀਂ ਤਾਂ ਇਹੀ ਕਹਾਂਗੇ ਵੀ ਬੇਟਾ ਸਾਡੇ ਕੋਲ ਜਿਹੜਾ ਕੁਛ ਹੈਗਾ ਲੈ ਲੈ,